ਇਹ ਸਾਰਾ ਕੁਛ ਪਵਿੱਤਰ ਬਾਈਬਲ ਵਿੱਚ ਪਹਿਲੇ ਹੀ ਦੱਸ ਦਿੱਤਾ ਗਿਆ ਹੈ, ਸਾਨੂੰ ਡਰਨ ਦੀ ਜ਼ਰੂਰਤ ਨਹੀਂ। ਅਸੀਂ ਪੜ੍ਹਿਆ ਪਵਿੱਤਰ ਬਾਈਬਲ ਵਿੱਚੋਂ ਸੰਤ ਮਤੀ ਦੀ ਇੰਜੀਲ ਦੇ ਵਿੱਚੋਂ ਕਿ ਬਹੁਤ ਸਾਰੀਆਂ ਅਫਵਾਹਾਂ, ਬਹੁਤ ਸਾਰੀਆਂ ਇੱਦਾਂ ਦੀਆਂ ਗੱਲਾਂ, ਬਹੁਤ ਸਾਰੇ ਇੱਦਾਂ ਦੇ ਕੰਮ ਤੁਹਾਨੂੰ ਦੇਖਣ ਲਈ ਮਿਲਣਗੇ, ਸੁਣਨ ਲਈ ਮਿਲਣਗੇ, ਪਰ ਵਿਸ਼ਵਾਸ ਨਾ ਕਰਨਾ। ਲਿਖਿਆ ਤੇ ਕਿ ਯਿਸੂ ਮਸੀਹ ਨੇ ਚੇਲਿਆਂ ਦੇ ਨਾਲ ਗੱਲ ਕੀਤੀ ਅਤੇ ਕਿਹਾ ਕਿ ਤੁਸੀਂ ਇਸ ਇਮਾਰਤ ਵੱਲ ਦੇਖ ਕੇ ਇਹ ਨਾ ਕਹੋ ਕਿ ਕਿੰਨੀ ਸੁੰਦਰ ਹੈ ਜਾਂ ਕਿੰਨੀ ਵਧੀਆ ਹੈ। ਲਿਖਿਆ ਕਿ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਚੌਕਸ ਰਹੋ, ਕੋਈ ਤੁਹਾਨੂੰ ਭੁਲਾਵੇ ਵਿੱਚ ਨਾ ਪਾਵੇ। ਯਿਸੂ ਮਸੀਹ ਨੇ ਕਿਹਾ ਚੌਕਸ ਰਹੋ, ਕੋਈ ਤੁਹਾਨੂੰ ਭੁਲਾਵੇ ਵਿੱਚ ਨਾ ਪਾਵੇ, ਕਿਉਂ ਜੋ ਯਿਸੂ ਮਸੀਹ ਨੇ ਕਿਹਾ ਕਿ ਮੇਰਾ ਨਾਮ ਧਾਰਨ ਕਰਕੇ ਬਹੁਤ ਸਾਰੇ ਝੂਠੇ ਨਬੀ ਉੱਠਣਗੇ ਔਰ ਬਹੁਤ ਸਾਰੇ ਮਸੀਹ ਤੁਹਾਡੇ ਕੋਲ ਆਉਣਗੇ ਔਰ ਤੁਹਾਨੂੰ ਭੁਲਾਵੇ ਵਿੱਚ ਪਾ ਦੇਣਗੇ। ਫਿਰ ਅੱਗੇ ਲਿਖਿਆ ਕਿ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਵਾਈਆਂ ਸੁਣੋਗੇ ਔਰ ਖਬਰਦਾਰ ਕਿਤੇ ਘਬਰਾ ਨਾ ਜਾਣਾ। ਲਿਖਿਆ ਖਬਰਦਾਰ ਕਿਤੇ ਘਬਰਾ ਨਾ ਜਾਣਾ। ਯਿਸੂ ਮਸੀਹ ਨੇ ਪਹਿਲੇ ਹੀ ਦੱਸ ਦਿੱਤਾ ਹੈ ਕਿ ਤੁਹਾਨੂੰ ਘਬਰਾਉਣ ਦੀ, ਡਰਨ ਦੀ ਚਿੰਤਾ ਨਹੀਂ, ਤੁਹਾਨੂੰ ਜ਼ਰੂਰਤ ਨਹੀਂ ਹੈ। ਇਹ ਜੋ ਨਿਸ਼ਾਨ ਹੋ ਰਹੇ ਨੇ, ਜੋ ਭੁਚਾਲ ਆ ਰਹੇ ਨੇ, ਲੜਾਈਆਂ ਹੋ ਰਹੀਆਂ ਨੇ, ਕੌਮ 'ਤੇ ਕੌਮ ਚੜ੍ਹਾਈ ਕਰ ਰਹੀ ਹੈ, ਤੂਫਾਨ ਆ ਰਹੇ ਨੇ, ਮਹਾਂਮਾਰੀਆਂ ਆ ਰਹੀਆਂ ਨੇ, ਬਿਮਾਰੀਆਂ ਆ ਰਹੀਆਂ ਨੇ, ਇਹ ਸਾਰਾ ਕੁਛ ਹੋਵੇਗਾ। ਬਾਈਬਲ 'ਚ ਲਿਖਿਆ ਸਾਰਾ ਕੁਛ ਹੋਵੇਗਾ, ਪਰ ਡਰਨ ਦੀ ਜ਼ਰੂਰਤ ਨਹੀਂ, ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਅੱਜ ਅਸੀਂ ਕਹਿੰਦੇ ਹਾਂ ਕਿ ਵਧੀਆ ਹੋਇਆ ਹੈ ਕਿ ਸਾਨੂੰ ਚਰਚ ਨਹੀਂ ਜਾਣਾ ਪੈਂਦਾ, ਸਾਨੂੰ ਪ੍ਰਾਰਥਨਾ ਨਹੀਂ ਕਰਨੀ ਪੈਂਦੀ, ਸਾਨੂੰ ਜੋ ਕੁਛ ਵੀ ਆਇਆ ਵਧੀਆ ਆਇਆ। ਵਧੀਆ ਤਾਂ ਹੈ, ਲੇਕਿਨ ਅਸੀਂ ਇਸ ਗੱਲ ਨੂੰ ਯਾਦ ਰੱਖੀਏ ਕਿ ਇਹ ਅੰਤ ਦੇ ਨਿਸ਼ਾਨ ਨੇ। ਪ੍ਰਭੂ ਯਿਸੂ ਮਸੀਹ ਜਲਦ ਆ ਰਹੇ ਨੇ ਆਪਣੇ ਲੋਕਾਂ ਨੂੰ ਲੈਣ ਦੇ ਲਈ। ਸਾਨੂੰ ਤਿਆਰੀ ਕਰਨ ਦੀ ਜ਼ਰੂਰਤ ਹੈ, ਸਾਨੂੰ ਅੱਜ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ। ਸਾਨੂੰ ਅੱਜ ਜੇ ਅਸੀਂ ਚਰਚ ਨਹੀਂ ਜਾ ਰਹੇ, ਚਰਚ ਬੰਦ ਨੇ, ਅਤੇ ਆਪਣੇ ਘਰ 'ਚ ਬੈਠ ਕੇ ਆਪਣੀ ਫੈਮਿਲੀ, ਆਪਣੇ ਬੱਚਿਆਂ ਦੇ ਨਾਲ ਇਕੱਠੇ ਹੋ ਕੇ ਪ੍ਰਾਰਥਨਾ ਕਰੀਏ। ਜੇ ਅਸੀਂ ਚਰਚ ਨਹੀਂ ਜਾ ਰਹੇ, ਆਪਣੇ ਘਰ 'ਚ ਬਾਈਬਲ ਖੋਲ੍ਹ ਕੇ ਉਸ ਨੂੰ ਪੜ੍ਹੀਏ। ਇੱਥੇ ਲਿਖਿਆ ਕਿ ਅੰਤਕਾਲ ਦੇ ਨਿਸ਼ਾਨ ਜਿਹੜੇ ਨੇ ਇਹ ਪੂਰੇ ਹੋ ਰਹੇ ਨੇ, ਪਰ ਅਜੇ ਅੰਤ ਨਹੀਂ ਹੈ। ਇਹ ਸਾਰਾ ਕੁਛ ਹੋਵੇਗਾ, ਇਹ ਮਹਾਂਮਾਰੀਆਂ, ਬਿਮਾਰੀਆਂ, ਭੁਚਾਲ, ਲੜਾਈਆਂ ਦੀਆਂ ਅਵਾਈਆਂ, ਇੱਥੋਂ ਤੱਕ ਕਿ ਕੌਮ ਕੌਮ ਦੇ ਉੱਤੇ ਚੜ੍ਹਾਈ ਕਰੇਗੀ। ਅਸੀਂ ਅੱਜ ਸਭ ਕੁਛ ਇਹ TV ਦੇ ਵਿੱਚ ਦੇਖਦੇ ਹਾਂ, ਅਖਬਾਰਾਂ ਦੇ ਵਿੱਚ ਪੜ੍ਹਦੇ ਹਾਂ, ਔਰ ਆਪਣੇ ਯੂਟਿਊਬ ਮੋਬਾਈਲਾਂ ਦੇ ਵਿੱਚ ਵੀ ਅਸੀਂ ਦੇਖਣ ਨੂੰ ਸੁਣਨ ਨੂੰ ਸਾਨੂੰ ਮਿਲਦਾ ਹੈ ਕਿ ਸਾਰਾ ਕੁਛ ਹੋ ਰਿਹਾ ਹੈ। ਇਹ ਨਿਸ਼ਾਨੀਆਂ ਨੇ ਜੋ ਪਵਿੱਤਰ ਬਾਈਬਲ ਦੇ ਵਿੱਚ ਦਿੱਤੀਆਂ ਗਈਆਂ ਨੇ, ਔਰ ਅੱਜ ਪੂਰੀਆਂ ਹੋ ਰਹੀਆਂ ਨੇ। ਮੇਰੇ ਭੈਣ ਅਤੇ ਭਰਾਵੋ, ਸਾਨੂੰ ਫੋਕੀਆਂ ਅਫਵਾਹਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਫੋਕੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਲਿਖਿਆ ਹੈ ਕਿ ਬਥੇਰੇ ਝੂਠੇ ਨਬੀ ਉੱਠਣਗੇ ਔਰ ਇੱਥੋਂ ਤੱਕ ਕਿ ਚੁਣਿਆ ਹੋਇਆ ਨੂੰ, ਚੁਣਿਆ ਦਾ ਮਤਲਬ ਕਿ ਵਿਸ਼ਵਾਸੀਆਂ ਨੂੰ, ਜਿਨ੍ਹਾਂ ਨੇ ਬਪਤਿਸਮਾ ਲਿਆ ਹੈ, ਜੋ ਚਰਚ ਜਾ ਰਹੇ ਨੇ, ਜੋ ਪ੍ਰਭੂ ਯਿਸੂ ਮਸੀਹ ਦੀ ਬੰਦਗੀ ਆਰਾਧਨਾ ਕਰ ਰਹੇ ਨੇ, ਉਹਨਾਂ ਨੂੰ ਭੁਲਾਵੇ ਵਿੱਚ ਪਾ ਦੇਣਗੇ। ਲਿਖਿਆ ਕਿ ਉਹਨਾਂ ਨੂੰ, ਚੁਣਿਆ ਹੋਇਆ ਨੂੰ ਵੀ ਭੁਲਾਵੇ ਵਿੱਚ ਪਾ ਦੇਣਗੇ ਕਿ ਤੁਸੀਂ ਇੱਥੇ ਜਾਓ, ਜੇ ਕਰੋ, ਵੋ ਕਰੋ।
ਜਿੱਦਾਂ ਅਸੀਂ ਕੱਲ੍ਹ ਵੀ ਇੱਕ ਮੋਬਾਈਲ ਦੇ ਵਿੱਚ ਵੀਡੀਓ ਦੇਖੀ ਸੀਗੀ, ਇੱਕ ਸਿਸਟਰ ਕਹਿ ਰਹੀ ਸੀਗੀ ਕਿ ਆਪਣੇ ਆਪਣੇ ਬਾਈਬਲਾਂ ਖੋਲ੍ਹੋ ਔਰ ਤੁਹਾਡੀਆਂ ਬਾਈਬਲਾਂ ਵਿੱਚੋਂ ਤੁਹਾਨੂੰ ਇੱਕ ਵਾਲ ਲੱਭੇਗਾ ਔਰ ਉਹ ਵਾਲ ਕੱਢ ਕੇ ਤੁਸੀਂ ਆਪਣੇ ਬਾਈਬਲਾਂ ਵਿੱਚੋਂ ਉਸਨੂੰ ਪਾਣੀ ਦੇ ਵਿੱਚ ਭੇਣਾ ਹੈ ਅਤੇ ਭੇਣ ਕੇ ਤੁਹਾਨੂੰ ਪੀ ਲੈਣਾ ਹੈ। ਤੋ ਮੈਂ ਬਹੁਤ ਸਾਰੀ ਕਾਲ, ਬਹੁਤ ਸਾਰੀਆਂ ਫੋਨ ਆਏ ਮੈਨੂੰ ਕਿ ਤੁਸੀਂ ਵੀ ਆਪਣੀ ਬਾਈਬਲ ਖੋਲ੍ਹੋ, ਤੁਹਾਡੀ ਬਾਈਬਲ 'ਚੋਂ ਵਾਲ ਮਿਲੇਗਾ, ਤੁਹਾਨੂੰ ਉਹਨੂੰ ਭੇਣ ਕੇ ਅਤੇ ਘਰ ਦੇ ਵਿੱਚ ਤਰੌਂਕਾ ਦੇਣਾ ਹੈ, ਪੀਣਾ ਹੈ, ਤੋ ਉਹਦਾ ਕੋਈ ਬਿਮਾਰੀ ਨਹੀਂ ਲੱਗੇਗੀ। ਬਾਈਬਲ 'ਚ ਪਹਿਲੇ ਲਿਖਿਆ ਕਿ ਬਹੁਤ ਸਾਰੇ ਝੂਠੇ ਨਬੀ ਉੱਠਣਗੇ, ਬਹੁਤ ਸਾਰੀਆਂ ਅਫਵਾਹਾਂ ਹੋਣਗੀਆਂ, ਬਹੁਤ ਸਾਰੇ ਇੱਦਾਂ ਦੇ ਲੋਕ ਤੁਹਾਨੂੰ ਭੁਲਾਵੇ ਵਿੱਚ ਪਾਉਣਗੇ ਤੁਹਾਡੇ ਵਿਸ਼ਵਾਸ ਤੋਂ ਡੇਗਣ ਦੇ ਲਈ। ਪਰ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਨਹੀਂ। ਪਰਮੇਸ਼ੁਰ ਦੇ ਪਵਿੱਤਰ ਵਚਨ ਵਿੱਚ ਜੋ ਕੁਛ ਲਿਖਿਆ ਹੈ ਸਾਨੂੰ ਉਹ ਜਾਣਨ ਦੀ, ਉਸਨੂੰ ਪੜ੍ਹਨ ਦੀ ਜ਼ਰੂਰਤ ਹੈ। ਤੋ ਅਸੀਂ ਫੋਕੀਆਂ ਅਫਵਾਹਾਂ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਲੇਕਿਨ ਜੋ ਪਰਮੇਸ਼ੁਰ ਦੇ ਪਾਕ ਵਚਨ ਵਿੱਚ ਲਿਖਿਆ ਹੈ ਉਸ ਦੇ ਉੱਤੇ ਅਸੀਂ ਵਿਸ਼ਵਾਸ ਨਹੀਂ ਕਰਦੇ। ਤੋ ਮੇਰੇ ਭੈਣ ਦੇ ਭਰਾਵੋ, ਵਾਲ ਭੇਂ ਕੇ ਪੀਣ ਦੇ ਨਾਲ ਇਹ ਬਿਮਾਰੀਆਂ, ਇਹ ਜਿਹੜੇ ਦੁੱਖ ਨੇ, ਇਹ ਕਦੇ ਰੁਕਣ ਵਾਲੇ ਨਹੀਂ। ਇਹ ਸਾਰੀਆਂ ਬਿਮਾਰੀਆਂ, ਸਾਡੇ ਦੁੱਖ ਜਿਹੜੇ ਨੇ, ਇਹ ਪ੍ਰਭੂ ਯਿਸੂ ਮਸੀਹ ਦੇ ਅੱਗੇ ਪ੍ਰਾਰਥਨਾ ਕਰਨ ਦੇ ਨਾਲ ਰੁਕ ਸਕਦੇ ਨੇ। ਜਦੋਂ ਅਸੀਂ ਸੰਤ ਜਮੁਨਾ ਦੇ ਵਿੱਚੋਂ ਪਰਮੇਸ਼ੁਰ ਦੇ ਪਾਕ ਵਚਨ ਨੂੰ ਪੜ੍ਹਦੇ ਹਾਂ, ਰੋਮੀਆਂ ਦੇ ਵਿੱਚੋਂ ਪੜ੍ਹਦੇ ਹਾਂ, ਜਦੋਂ ਅਸੀਂ ਪੜ੍ਹਾਂਗੇ ਪਵਿੱਤਰ ਬਾਈਬਲ ਵਿੱਚੋਂ ਰੋਮੀਆਂ ਦੀ ਪੱਤਰੀ ਉਹਦਾ 12 ਅਧਿਆਏ ਉਹਦੀ ਪਹਿਲੀ ਆਇਤ ਵਿੱਚ ਇੱਦਾਂ ਲਿਖਿਆ ਹੈ, ਰੋਮੀਆਂ ਦੀ ਪੱਤਰੀ ਉਹਦਾ 12 ਅਧਿਆਏ ਉਹਦੀ ਪਹਿਲੀ ਆਇਤ। ਸੋ ਹੇ ਭਰਾਵੋ, ਮੈਂ ਪਰਮੇਸ਼ੁਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜਾਵੋ ਅਤੇ ਇਹ ਤੁਹਾਡੀ ਰੂਹਾਨੀ ਬੰਦਗੀ ਹੋਵੇਗੀ। ਪਰਮੇਸ਼ੁਰ ਅੱਜ ਸਾਡੇ ਤੋਂ ਬਲੀਦਾਨ ਮੰਗਦਾ ਹੈ, ਪਰਮੇਸ਼ੁਰ ਸਾਡੇ ਤੋਂ ਧੰਨਵਾਦ ਚਾਹੁੰਦਾ ਹੈ। ਔਰ ਅਸੀਂ ਧੰਨਵਾਦ ਕਰਨ ਦੀ ਬਜਾਏ ਅਸੀਂ ਕਹਿੰਦੇ ਫੋਕੀਆਂ ਅਫਵਾਹਾਂ ਦੇ ਮਗਰ ਲੱਗ ਕੇ ਅਸੀਂ ਕਹਿੰਦੇ ਸਾਨੂੰ ਇੱਦਾਂ ਹੀ ਨਿਜਾਤ ਮਿਲ ਜੇ, ਇੱਦਾਂ ਹੀ ਚੰਗਿਆਈ ਮਿਲ ਜੇ, ਇੱਦਾਂ ਹੀ ਸਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲ ਜੇ। ਇੱਦਾਂ ਕੁਝ ਨਹੀਂ ਹੋਵੇਗਾ। ਅਗਰ ਅਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹਾਂ, ਅਗਰ ਅਸੀਂ ਮਹਾਂਮਾਰੀ ਤੋਂ ਬਚਣਾ ਚਾਹੁੰਦੇ ਹਾਂ, ਤਾਂ ਸਾਨੂੰ ਪਰਮੇਸ਼ੁਰ ਦੀ ਬੰਦਗੀ ਕਰਨ ਦੀ ਜ਼ਰੂਰਤ ਹੈ, ਸਾਨੂੰ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ। ਪਰਮੇਸ਼ੁਰ ਸਾਡੇ ਤੋਂ ਧੰਨਵਾਦ ਦਾ ਬਲੀਦਾਨ ਚਾਹੁੰਦਾ ਹੈ, ਔਰ ਧੰਨਵਾਦ ਕਰਨ ਦੀ ਬਜਾਏ ਅਸੀਂ ਫੋਕੀਆਂ ਅਫਵਾਹਾਂ ਦੇ ਮਗਰ ਲਾ ਕੇ ਕਹਿੰਦੇ ਅਸੀਂ ਪਾਣੀ ਪੀ ਲਈਏ ਜਾਂ ਵਾਲ ਦਾ ਪਾਣੀ ਪੀ ਲਈਏ, ਬਿਮਾਰੀਆਂ ਲਾਗੇ ਨਹੀਂ ਆਉਣਗੀਆਂ, ਬਿਮਾਰੀ ਘਰ 'ਚ ਨਹੀਂ ਆਊਗੀ, ਤਾਂ ਤਰੌਂਕਾ ਦੇ ਲਈਏ। ਇੱਦਾਂ ਕੁਝ ਨਹੀਂ ਹੋਣ ਵਾਲਾ। ਇਹ ਪਰਮੇਸ਼ੁਰ ਦੇ ਵਚਨ ਵਿੱਚ ਲਿਖਿਆ ਕਿ ਜਿੰਨਾ ਚਿਰ ਅਸੀਂ ਪਰਮੇਸ਼ੁਰ ਦੀ ਇਬਾਦਤ ਨਹੀਂ ਕਰਦੇ, ਧੰਨਵਾਦ ਨਹੀਂ ਕਰਦੇ, ਬੰਦਗੀ ਨਹੀਂ ਕਰਦੇ, ਉਨਾ ਚਿਰ ਕੁਝ ਵੀ ਹੋਣ ਵਾਲਾ ਨਹੀਂ। ਇੱਥੇ ਲਿਖਿਆ ਕਿ ਪਰਮੇਸ਼ੁਰ ਸਾਥੋਂ ਬਲੀਦਾਨ ਮੰਗਦਾ ਹੈ, ਪਰਮੇਸ਼ੁਰ ਧੰਨਵਾਦ ਚਾਹੁੰਦਾ ਹੈ ਕਿ ਅਸੀਂ ਉਹਦਾ ਧੰਨਵਾਦ ਕਰੀਏ। ਜਦੋਂ ਅਸੀਂ ਕੂਚ ਦੀ ਕਿਤਾਬ ਵਿੱਚ ਪੜ੍ਹਦੇ ਹਾਂ, ਕੂਚ ਦੀ ਕਿਤਾਬ ਉਹਦਾ 15 ਬਾਬ ਦੀ 26 ਆਇਤ ਨੂੰ ਪੜ੍ਹਦੇ ਹਾਂ, ਤਾਂ ਉੱਥੇ ਲਿਖਿਆ, ਔਰ ਉਸਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾ ਆਪਣੇ ਪਰਮੇਸ਼ੁਰ ਦੀ ਆਵਾਜ਼ ਸੁਣੋਗੇ ਔਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਔਰ ਉਸਦੇ ਹੁਕਮਾਂ ਉੱਤੇ ਕੰਨ ਲਾਓਗੇ ਔਰ ਉਸ ਦੀਆਂ ਸਾਰੀਆਂ ਵਿਧੀਆਂ ਨੂੰ ਮੰਨੋਗੇ, ਤਾਂ ਉਹ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਉਹਨਾਂ ਨੂੰ ਤੁਹਾਡੇ ਉੱਤੇ ਨਹੀਂ ਪਾਵਾਂਗਾ, ਕਿਉਂ ਜੋ ਮੈਂ ਯਹੋਵਾ ਤੁਹਾਨੂੰ ਨਰੋਇਆ ਕਰਨ ਵਾਲਾ ਪਰਮੇਸ਼ੁਰ ਹਾਂ। ਇੱਥੇ ਲਿਖਿਆ ਕਿ ਜੇ ਅਸੀਂ ਰੀਝ ਨਾਲ ਪਰਮੇਸ਼ੁਰ ਦੀ ਆਵਾਜ਼ ਸੁਣਾਂਗੇ, ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਾਂਗੇ,
ਜੋ ਕੁਝ ਪਰਮੇਸ਼ੁਰ ਨੂੰ ਚੰਗਾ ਲੱਗਦਾ ਹੈ ਉਹ ਕੰਮ ਕਰਾਂਗੇ, ਅਤੇ ਫਿਰ ਲਿਖਿਆ ਕਿ ਬਿਮਾਰੀਆਂ ਤੁਹਾਡੇ ਲਾਗੇ ਨਹੀਂ ਆਉਣਗੀਆਂ। ਇਹ ਨਹੀਂ ਲਿਖਿਆ ਕਿ ਵਾਲ ਭਿਉਂ ਕੇ ਪਾਣੀ ਪੀਵੋ, ਵਾਲਾਂ ਵਾਲੇ ਪਾਣੀ ਤਰੌਂਕੋ ਘਰਾਂ ਦੇ ਵਿੱਚ, ਅਤੇ ਫਿਰ ਬਿਮਾਰੀਆਂ ਨਹੀਂ ਆਉਣਗੀਆਂ। ਬਾਈਬਲ 'ਚ ਇੱਦਾਂ ਦਾ ਕੁਝ ਨਹੀਂ ਲਿਖਿਆ। ਅੱਜ ਅਸੀਂ ਵਿਸ਼ਵਾਸ ਕਰਦੇ ਹਾਂ ਫੋਕੀਆਂ ਅਫਵਾਹਾਂ ਦਿੱਤੇ, ਮੋਬਾਈਲ ਦੇ ਉੱਤੇ ਆਡੀਓ ਆ ਗਈ, ਵੀਡੀਓ ਆ ਗਈ, ਅਸੀਂ ਉਹਨਾਂ ਫੋਕੀਆਂ ਗੱਲਾਂ ਦੇ ਉੱਤੇ ਵਿਸ਼ਵਾਸ ਕਰਦੇ ਹਾਂ, ਨਾ ਕਿ ਪਰਮੇਸ਼ੁਰ ਦੇ ਵਚਨ ਦੇ ਉੱਤੇ। ਇੱਥੇ ਸਾਫ਼ ਲਿਖਿਆ ਕਿ ਜੇਕਰ ਤੁਸੀਂ ਪਰਮੇਸ਼ੁਰ ਦੀ ਆਵਾਜ਼ ਸੁਣੋਗੇ, ਉਹਦੇ ਹੁਕਮਾਂ ਅਤੇ ਵਿਧੀਆਂ ਦੇ ਉੱਤੇ ਕੰਨ ਲਾਓਗੇ, ਔਰ ਜਿਹੜਾ ਪਰਮੇਸ਼ੁਰ ਨੂੰ ਚੰਗਾ ਕੰਮ ਲੱਗਦਾ ਹੈ, ਜੋ ਪਰਮੇਸ਼ੁਰ ਦੀਆਂ ਅੱਖਾਂ ਵਿੱਚ ਭਲਾ ਕੰਮ ਹੈ, ਉਹ ਕਰੋਗੇ, ਅਤੇ ਕਹਿੰਦਾ ਫਿਰ ਤੁਸੀਂ ਬਿਮਾਰੀਆਂ ਤੋਂ ਬਚ ਸਕਦੇ ਹੋ। ਉਹ ਬਿਮਾਰੀਆਂ ਜਿਹੜੀਆਂ ਮਿਸਿੰਗਾਂ ਉੱਤੇ ਪਾਈਆਂ ਸੀ, ਪਵਿੱਤਰ ਬਾਈਬਲ ਵਿੱਚ ਲਿਖਿਆ 10 ਪ੍ਰਕਾਰ ਦੀਆਂ ਬਿਮਾਰੀਆਂ ਜਿਹੜੀਆਂ ਸੀ ਜੋਹਾਵਾ ਪਰਮੇਸ਼ੁਰ ਨੇ ਪਾਈਆਂ ਸੀਗੀਆਂ, ਜਦੋਂ ਉਹਨਾਂ ਨੇ ਪਰਮੇਸ਼ੁਰ ਦੀ ਆਗਿਆ ਨਹੀਂ ਮੰਨੀ, ਜਦੋਂ ਪਰਮੇਸ਼ੁਰ ਦਾ ਕਹਿਣਾ ਨਹੀਂ ਸੀ ਮੰਨਿਆ। ਅੱਜ ਅਸੀਂ ਵੀ ਪਰਮੇਸ਼ੁਰ ਦਾ ਕਹਿਣਾ ਨਹੀਂ ਮੰਨਦੇ, ਪਰਮੇਸ਼ੁਰ ਦੀ ਆਵਾਜ਼ ਨਹੀਂ ਸੁਣਦੇ, ਪਰਮੇਸ਼ੁਰ ਦੇ ਹੁਕਮ ਨਹੀਂ ਮੰਨਦੇ, ਪਰਮੇਸ਼ੁਰ ਨੂੰ ਜੋ ਚੰਗਾ ਲੱਗਦਾ ਉਹ ਕੰਮ ਨਹੀਂ ਕਰਦੇ, ਔਰ ਅਸੀਂ ਪਾਣੀ ਫੋਕਾ ਪਾਣੀ ਪੀ ਪੀ ਕੇ, ਵਾਲਾਂ ਵਾਲੇ ਪਾਣੀ ਪੀ ਪੀ ਕੇ, ਫੋਕੀਆਂ ਅਫਵਾਹਾਂ 'ਤੇ ਵਿਸ਼ਵਾਸ ਕਰਕੇ ਕਹਿੰਦੇ ਕਿ ਅਸੀਂ ਬਿਮਾਰੀਆਂ ਤੋਂ ਬਚ ਜਾਈਏ। ਨਥਿੰਗ, ਇੱਦਾਂ ਕੁਝ ਨਹੀਂ ਹੋਣ ਵਾਲਾ। ਇਹ ਫੋਕੀਆਂ ਅਫਵਾਹਾਂ ਨੇ, ਫੋਕੀਆਂ ਗੱਲਾਂ ਨੇ, ਇਹਨਾਂ ਦੇ ਉੱਤੇ ਵਿਸ਼ਵਾਸ ਨਾ ਕਰੀਏ। ਜੇ ਸੱਚਮੁੱਚ ਹੀ ਬਿਮਾਰੀਆਂ ਤੋਂ, ਬੁਰੇ ਹਾਲਾਤਾਂ ਤੋਂ, ਮੁਸ਼ਕਲਾਂ ਤੋਂ, ਪਰੇਸ਼ਾਨੀਆਂ ਤੋਂ ਬਚਣਾ ਚਾਹੁੰਦੇ ਹੋ, ਤਾਂ ਪਰਮੇਸ਼ੁਰ ਦੀ ਬੰਦਗੀ, ਪਰਮੇਸ਼ੁਰ ਦੀ ਆਰਾਧਨਾ ਕਰਨੀ ਪਵੇਗੀ, ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣਾ ਪਵੇਗਾ, ਪਰਮੇਸ਼ੁਰ ਦੀ ਆਵਾਜ਼ ਦੇ ਵੱਲ ਕੰਨ ਲਗਾਉਣਾ ਪਵੇਗਾ, ਪਰਮੇਸ਼ੁਰ ਦਾ ਧੰਨਵਾਦ ਕਰਨਾ ਪਵੇਗਾ। ਬੰਦਗੀ ਅਸੀਂ ਕਰਦੇ ਨਹੀਂ, ਚਰਚ ਅਸੀਂ ਐਤਵਾਰ ਆਉਂਦੇ ਨਹੀਂ, ਪ੍ਰਾਰਥਨਾ ਅਸੀਂ ਨਹੀਂ ਕਰਦੇ, ਰੋਜ਼ਾ ਅਸੀਂ ਨਹੀਂ ਰੱਖਦੇ, ਬਾਈਬਲ ਅਸੀਂ ਨਹੀਂ ਪੜ੍ਹਦੇ, ਅਤੇ ਜਿਹੜਾ ਬਾਈਬਲ ਦੇ ਵਿੱਚੋਂ ਵਾਲ ਨਿਕਲਿਆ ਹੈ, ਕੀ ਉਹ ਭਿਉਣ ਦੇ ਨਾਲ, ਭਿਉਂ ਕੇ ਪੀਣ ਦੇ ਨਾਲ, ਘਰ 'ਚ ਤਰੌਂਕਾਂ ਮਾਰਨ ਦੇ ਨਾਲ ਕੀ ਸਾਡੇ ਬਿਮਾਰੀਆਂ ਖਤਮ ਹੋ ਜਾਣਗੀਆਂ ਜਾਂ ਸਾਡੀਆਂ ਮੁਸ਼ਕਲਾਂ ਘੱਟ ਜਾਣਗੀਆਂ? ਕਦੇ ਨਹੀਂ। ਇੱਦਾਂ ਕੁਝ ਨਹੀਂ ਹੋਵੇਗਾ ਜਿੰਨਾ ਚਿਰ ਅਸੀਂ ਪਰਮੇਸ਼ੁਰ ਦੀ ਬੰਦਗੀ ਨਹੀਂ ਕਰਾਂਗੇ, ਪਰਮੇਸ਼ੁਰ ਦਾ ਧੰਨਵਾਦ ਨਹੀਂ ਕਰਾਂਗੇ, ਪਰਮੇਸ਼ੁਰ ਨੂੰ ਬਲੀਦਾਨ ਨਹੀਂ ਚੜਾਵਾਂਗੇ, ਉਹਨਾਂ ਚਿਰ ਕੁਝ ਵੀ ਹੋਣ ਵਾਲਾ ਨਹੀਂ ਹੈ ਮੇਰੇ ਭੈਣੋ ਅਤੇ ਭਰਾਵੋ। ਜਦੋਂ ਕੂਚ ਦੀ ਕਿਤਾਬ 23 ਬਾਬ ਦੀ 25 ਆਇਤ ਨੂੰ ਪੜ੍ਹਦੇ ਹਾਂ ਤਾਂ ਉੱਥੇ ਵੀ ਲਿਖਿਆ ਹੈ, ਤੁਸੀਂ ਯਹੋਵਾ ਆਪਣੇ ਪਰਮੇਸ਼ੁਰ ਦੀ ਬੰਦਗੀ ਕਰੋ ਅਤੇ ਉਹ ਤੁਹਾਡੇ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ, ਅਤੇ ਯਹੋਵਾ ਤੁਹਾਡੀਆਂ ਸਰੀਰਾਂ ਵਿੱਚੋਂ ਤੁਹਾਡੇ ਬਿਮਾਰੀਆਂ ਨੂੰ ਕੱਢ ਦੇਵੇਗਾ। ਖੁਦਾ ਦੇ ਵਚਨ ਦੇ ਵਿੱਚ ਲਿਖਿਆ ਹੈ ਕਿ ਬੰਦਗੀ ਕਰਨ ਦੇ ਨਾਲ ਪਰਮੇਸ਼ੁਰ ਕਹਿੰਦਾ ਮੈਂ ਤੈਨੂੰ ਬਰਕਤ ਵੀ ਦੇਵਾਂਗਾ ਅਤੇ ਤੇਰੇ ਘਰ 'ਚੋਂ, ਤੇਰੇ ਸਰੀਰ 'ਚੋਂ ਬਿਮਾਰੀਆਂ ਵੀ ਕੱਢ ਦੇਵਾਂਗਾ। ਇੱਥੇ ਵੀ ਨਹੀਂ ਲਿਖਿਆ ਕਿ ਪਾਣੀ ਭਿਉਂ ਕੇ ਪੀਵੋ ਵਾਲਾਂ ਵਾਲਾ ਅਤੇ ਤੁਹਾਡੀਆਂ ਬਿਮਾਰੀਆਂ ਖਤਮ ਹੋ ਜਾਣਗੀਆਂ, ਨਹੀਂ। ਇੱਥੇ ਇਹੋ ਲਿਖਿਆ ਹੈ ਕਿ ਬੰਦਗੀ ਕਰੋ ਪਰਮੇਸ਼ੁਰ ਦੀ, ਧੰਨਵਾਦ ਕਰੋ ਪਰਮੇਸ਼ੁਰ ਦਾ। ਅੱਜ ਅਸੀਂ ਕਹਿੰਦੇ ਕਿ ਸਾਨੂੰ ਬਣਿਆ ਬੱਤਰਿਆ ਸਾਰਾ ਕੁਛ ਮਿਲ ਜਾਵੇ, ਜਿਹੜਾ ਸੌਖਾ ਕੰਮ ਹੈ ਉਹ ਸਾਨੂੰ ਕਰਨ ਦੀ ਕਹਿ ਦਿਉ, ਉਹ ਕਰ ਲਾਂਗੇ, ਪਰ ਜੇ ਤੁਸੀਂ ਬੰਦਗੀ ਕਰਨ ਲਈ ਕਹੋ, ਬਾਈਬਲ ਪੜ੍ਹਨ ਲਈ ਕਹੋ, ਤਾਂ ਉਹ ਨਹੀਂ ਅਸੀਂ ਪੜ੍ਹ ਸਕਦੇ। ਚਰਚ ਆਉਣ ਲਈ ਕਹੋ, ਉਹ ਨਹੀਂ ਅਸੀਂ ਆ ਸਕਦੇ, ਕਿਉਂਕਿ ਸਾਨੂੰ ਕੰਮ ਬੜੇ ਨੇ। ਫੋਕੀਆਂ ਅਫਵਾਹਾਂ ਦੇ ਮਗਰ ਲੱਗ ਕੇ ਅਸੀਂ ਬਚਣਾ ਚਾਹੁੰਦੇ ਹਾਂ, ਪਰ ਜੋ ਕੁਝ ਬਾਈਬਲ ਸਾਨੂੰ ਦੱਸਦੀ ਹੈ ਉਹ ਕੰਮ ਨਹੀਂ ਅਸੀਂ ਕਰਨਾ ਚਾਹੁੰਦੇ। ਜਦੋਂ ਅਸੀਂ ਸੰਤ ਯੂਹੰਨਾ ਦੀ ਇੰਜੀਲ ਦੇ ਵਿੱਚ ਪੜ੍ਹਦੇ ਹਾਂ 4 ਬਾਬ ਦੀ 23 ਆਇਤ ਨੂੰ, ਤਾਂ ਉੱਥੇ ਯਿਸੂ ਮਸੀਹ ਨੇ ਸਾਮਰੀ ਤੀਵੀਂ ਦੇ ਨਾਲ, ਸਾਮਰੀ ਔਰਤ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਰੀਝ ਨਾਲ, ਜੇਕਰ ਤੁਸੀਂ ਪਰਮੇਸ਼ੁਰ ਦੀ ਬੰਦਗੀ ਭਗਤੀ ਰੀਝ ਨਾਲ, ਆਤਮਾ ਦੇ ਨਾਲ ਕਰੋਗੇ ਤਾਂ ਤੁਸੀਂ ਬਚਾਏ ਜਾਓਗੇ। ਇੱਥੇ ਲਿਖਿਆ, ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੈ, ਜੋ ਸੱਚੇ ਭਗਤ ਆਤਮਾ ਔਰ ਸੱਚਿਆਈ ਦੇ ਨਾਲ ਪਿਤਾ ਦੀ ਭਗਤੀ ਕਰਨਗੇ, ਕਿਉਂਕਿ ਪਿਤਾ ਇਹੋ ਜਿਹੇ ਭਗਤਾਂ ਨੂੰ ਪਸੰਦ ਕਰਦਾ ਹੈ। ਅੱਜ ਅਸੀਂ ਪਿਤਾ ਨੂੰ ਪਸੰਦ ਕਿਉਂ ਨਹੀਂ ਆ? ਕਿਉਂਕਿ ਅਸੀਂ ਬੰਦਗੀ ਨਹੀਂ ਕਰਦੇ।
ਜੇ ਬੰਦਗੀ ਕਰਦੇ ਵੀ ਹਾਂ ਤਾਂ ਰੀਝ ਨਾਲ, ਸੱਚਾਈ ਦੇ ਨਾਲ ਨਹੀਂ ਕਰਦੇ। ਅਸੀਂ ਟਾਈਮ ਪਾਸ ਕਰਦੇ ਹਾਂ ਕਿ ਬਸ ਜਦੋਂ ਚਰਚ ਖਤਮ ਹੋਣ ਲੱਗਦਾ ਉਦੋਂ ਅਸੀਂ ਆਣ ਕੇ ਬਹਿ ਜਾਂਦੇ ਹਾਂ, ਔਰ ਨਾ ਅਸੀਂ ਪ੍ਰਾਰਥਨਾ ਕਰਦੇ, ਨਾ ਅਸੀਂ ਬਚਨ ਸੁਣਦੇ, ਬਸ ਟਾਈਮ ਪਾਸ ਕਰਕੇ ਫੋਰਮੈਲਿਟੀ ਪੂਰੀ ਕਰਕੇ ਅਸੀਂ ਆਪਣੇ ਘਰਾਂ ਨੂੰ ਚੱਲ ਜਾਂਦੇ ਹਾਂ। ਇਸੇ ਲਈ ਬਿਮਾਰੀਆਂ ਸਾਡੇ 'ਤੇ ਹੈਵੀ ਹੋ ਜਾਂਦੀਆਂ ਨੇ ਜਦੋਂ ਅਸੀਂ ਪਰਮੇਸ਼ੁਰ ਦੀ ਆਗਿਆ ਨਹੀਂ ਮੰਨਦੇ, ਜਦੋਂ ਪਰਮੇਸ਼ੁਰ ਦਾ ਧੰਨਵਾਦ ਨਹੀਂ ਕਰਦੇ। ਮੇਰੇ ਭੈਣ ਦੇ ਭਰਾਵੋ, ਫੋਕੀਆਂ ਅਫਵਾਹਾਂ ਦੇ ਉੱਤੇ ਕਦੇ ਵਿਸ਼ਵਾਸ ਨਾ ਕਰੀਏ। ਜੋ ਪਰਮੇਸ਼ੁਰ ਦੇ ਪਾਕ ਵਚਨ ਦੇ ਵਿੱਚ ਲਿਖਿਆ ਹੈ ਉਹਦੇ 'ਤੇ ਵਿਸ਼ਵਾਸ ਕਰੀਏ, ਉਹਨੂੰ ਮੰਨੀਏ। ਕਿਉਂਕਿ ਬਾਈਬਲ ਵਿੱਚ ਲਿਖਿਆ, ਨਾ ਤਾਂ ਪਰਮੇਸ਼ੁਰ ਸਾਡਾ ਧਨ ਦੌਲਤ ਮੰਗਦਾ ਹੈ, ਨਾ ਸਾਡਾ ਸੋਨਾ ਚਾਂਦੀ ਮੰਗਦਾ ਹੈ, ਔਰ ਨਾ ਹੀ ਉਹਨੇ ਇਹ ਬਾਈਬਲ ਵਿੱਚ ਲਿਖਿਆ ਕਿ ਤੁਸੀਂ ਵਾਲ ਭਿਉਂ ਭਿਉਂ ਕੇ ਪੀਓ ਅਤੇ ਘਰ 'ਚ ਤਰੌਂਕੋ ਅਤੇ ਬਿਮਾਰੀਆਂ ਤੋਂ ਬਚਾਏ ਜਾਓਗੇ। ਇੱਦਾਂ ਦਾ ਕੁਝ ਨਹੀਂ ਲਿਖਿਆ। ਇਹ ਲਿਖਿਆ ਹੈ ਕਿ ਪਰਮੇਸ਼ੁਰ ਦੀ ਬੰਦਗੀ ਕਰੋ, ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨੋ, ਪਰਮੇਸ਼ੁਰ ਦੀ ਆਵਾਜ਼ ਸੁਣੋ, ਔਰ ਜੋ ਕੁਝ ਪਰਮੇਸ਼ੁਰ ਦੀਆਂ ਅੱਖਾਂ ਦੇ ਵਿੱਚ ਭਲਾ ਕੰਮ ਹੈ ਉਹ ਕੰਮ ਕਰੋ ਅਤੇ ਤੁਸੀਂ ਬਚਾਏ ਜਾਓਗੇ। ਨਹੀਂ ਤਾਂ ਵਾਲ ਭਿਉਂ ਕੇ ਪੀਣ ਦੇ ਨਾਲ ਕੋਈ ਇੱਦਾਂ ਦਾ ਨਹੀਂ ਲਿਖਿਆ ਕਿ ਤੁਸੀਂ ਵਾਲ ਭਿਉਂ ਕੇ ਪੀਵੋ। ਮੇਰੇ ਭੈਣ ਦੇ ਭਰਾਵੋ, ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਯਿਸੂ ਮਸੀਹ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ। ਜਿਹੜਾ ਯਿਸੂ ਮਸੀਹ ਦਾ ਨਾਮ ਲਵੇਗਾ ਉਹੀ ਬਚਾਇਆ ਜਾਏਗਾ, ਕਿਉਂਕਿ ਆਕਾਸ਼ ਦੇ ਥੱਲੇ ਧਰਤੀ ਦੇ ਉੱਤੇ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਹਦੇ ਤੋਂ ਅਸੀਂ ਬਚਾਇਆ ਜਾਣਾ ਹੈ। ਇੱਕੋ ਹੀ ਨਾਮ ਹੈ, ਉਹ ਹੈ ਪ੍ਰਭੂ ਯਿਸੂ ਮਸੀਹ ਦਾ ਨਾਮ। ਕੋਈ ਵਾਲ ਨੇ ਨਹੀਂ ਸਾਨੂੰ ਬਚਾਉਣਾ, ਕੋਈ ਵਾਲ ਸਾਨੂੰ ਬਿਮਾਰੀਆਂ ਤੋਂ ਚੰਗਾ ਨਹੀਂ ਕਰ ਸਕਦਾ। ਜੇ ਚੰਗਾ ਕਰ ਸਕਦਾ ਹੈ ਤਾਂ ਪਰਮੇਸ਼ੁਰ ਦਾ ਪਵਿੱਤਰ ਵਚਨ ਕਰ ਸਕਦਾ ਹੈ। ਜੇ ਅਸੀਂ ਬਚਣਾ ਚਾਹੁੰਦੇ ਹਾਂ ਤਾਂ ਸਾਡੀਆਂ ਬਿਮਾਰੀਆਂ ਤੋਂ ਸਾਡੀ ਪ੍ਰਾਰਥਨਾ ਸਾਨੂੰ ਬਚਾ ਸਕਦੀ ਹੈ, ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਹੈ ਕਿ ਪਰਮੇਸ਼ੁਰ ਆਪਣਾ ਵਚਨ ਘੱਲ ਕੇ ਚੰਗਾ ਕਰਦਾ ਹੈ ਅਤੇ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਹੈ। ਤੋ ਮੇਰੇ ਭੈਣ ਦੇ ਭਰਾਵੋ, ਜੋ ਕੁਝ ਬਾਈਬਲ ਦੇ ਵਿੱਚ ਲਿਖਿਆ ਹੈ ਉਹਦੇ 'ਤੇ ਵਿਸ਼ਵਾਸ ਕਰੋ, ਬਚਾਏ ਜਾਓਗੇ। ਜਦੋਂ ਅਸੀਂ ਰਸੂਲਾਂ ਦੇ ਕਿਤਾਬ ਦੇ ਵਿੱਚ ਪੜ੍ਹਦੇ ਹਾਂ 16 ਬਾਬ ਦੀ 31 ਆਇਤ, ਅਤੇ ਉੱਥੇ ਲਿਖਿਆ ਕਿ ਜਦੋਂ ਜਿਹੜੇ ਦਰੋਗੇ ਨੇ ਪੌਲਸ ਅਤੇ ਸਲਾਸ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀਗਾ, ਜਦੋਂ ਪੌਲਸ ਅਤੇ ਸਲਾਸ ਨੇ ਜੇਲ੍ਹ ਦੇ ਵਿੱਚ ਪ੍ਰਾਰਥਨਾ ਕੀਤੀ ਅਤੇ ਜੇਲ੍ਹਾਂ ਟੁੱਟ ਗਈਆਂ, ਦੁਬਾਰਾ ਹਿੱਲ ਗਈਆਂ, ਅਤੇ ਦਰੋਗੇ ਨੇ ਜਦੋਂ ਦੇਖਿਆ ਕਿ ਕੈਦੀ ਭੱਜ ਗਏ ਹੋਣਗੇ ਅਤੇ ਉਹ ਆਪਣੇ ਆਪ ਨੂੰ ਮਾਰਨ ਲੱਗਾ, ਅਤੇ ਲਿਖਿਆ ਪੌਲਸ ਅਤੇ ਸਲਾਸ ਨੂੰ ਉਹਨਾਂ ਨੂੰ ਰੋਕਿਆ, ਅਤੇ ਫਿਰ ਉਸ ਦਰੋਗੇ ਨੇ, ਜੇਲ੍ਹ ਦੇ ਦਰੋਗੇ ਨੇ